ਦੇਸ਼ ਦੁਨੀਆਂ ਦੇ ਵਿੱਚ ਜਿਹੜੀ ਖੁਸ਼ੀ ਮਨਾਈ ਜਾ ਰਹੀ, ਕੀ ਕਹਿਣਾ ਚਾਹੋਗੇ? ਅੱਜ ਬਹੁਤ ਇਤਿਹਾਸਕ ਜਿਸ ਜਿਵੇਂ ਤੁਸੀਂ ਕਿਹਾ ਉਹ ਹੈਗਾ ਕਿ ਦੁਨੀਆਂ ਦੇ ਵਿੱਚ ਹਿੰਦੁਸਤਾਨ 'ਚ ਵੀ ਅੱਜ ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਵੀ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਕੀ ਕਹਿਣਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ? ਪੂਰੇ ਸ਼ਹਿਰ ਦੇ ਵਿੱਚ ਸਜਾਵਟ ਹੋ ਰਹੀ ਹੈ ਪੂਰੀ। ਮੈਂ ਹਮੇਸ਼ਾ ਕਹਿੰਦਾ ਕਿ ਬਰਨਾਲਾ ਇੱਕ ਬਹੁਤ ਧਾਰਮਿਕ ਸ਼ਹਿਰ ਆ। ਅੱਜ ਬਰਨਾਲੇ ਦਾ ਕੋਨਾ ਕੋਨਾ ਸਜਾਇਆ ਪਿਆ। ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 50 ਪ੍ਰੋਗਰਾਮ ਅਟੈਂਡ ਕੀਤੇ ਆ। ਜਗ੍ਹਾ ਜਗ੍ਹਾ ਲੰਗਰ, ਜਗ੍ਹਾ ਜਗ੍ਹਾ ਪੂਜਾ ਹੋ ਰਹੀਆਂ, ਜਗ੍ਹਾ ਜਗ੍ਹਾ ਹਵਨ ਹੋ ਰਹੇ ਆ, ਖੁਸ਼ੀਆਂ ਮਨਾਈਆਂ ਜਾ ਰਹੀਆਂ, ਲੱਡੂ ਵੱਡੇ ਜਾ ਰਹੇ ਆ। ਨਰਿੰਦਰ ਮੋਦੀ ਜੀ ਨੇ ਉਹ ਕੰਮ ਕੀਤਾ ਜੋ ਕੋਈ ਕਰ ਨਹੀਂ ਸਕਦਾ। ਅਤੇ ਧਰਮ ਤਾਂ ਹੁਣ ਇਹ ਅਸਲੀ ਜਿਹੜਾ ਰਾਜ ਧਰਮ ਆ ਹੁਣ ਆਉਣਾ, ਜਿਹੜਾ ਰਾਜ ਦਾ ਧਰਮ ਆ ਨਾ, ਜਿਹੜਾ ਰਾਮ ਦਾ ਧਰਮ ਆ, ਉਹ ਹੁਣ ਆਏਗਾ ਤਾਂ ਕਿ ਸਾਰੇ ਹਿੰਦੁਸਤਾਨ ਕੀ ਦੁਨੀਆਂ ਦੇ ਵਿੱਚ ਸ਼ਾਂਤੀ ਹੋਏਗੀ। ਅੱਜ ਨਰਿੰਦਰ ਮੋਦੀ ਜੀ ਨੇ ਉਹ ਕੰਮ ਕੀਤਾ ਕਿ ਜਿਹੜਾ ਧਰਮ ਦੇ ਲਈ, ਸਾਰਿਆਂ ਲਈ ਔਰ ਮਹਿਲਾਵਾਂ ਦੇ ਲਈ, ਵਿਕਾਸ ਦੇ ਲਈ, ਜੋ ਅੱਜ ਅਮੈਰੀਕਾ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਸਾਰੀ ਦੁਨੀਆਂ 'ਚ ਜਸ਼ਨ ਮਨਾਏ ਜਾ ਰਹੇ ਆ, ਸਵੇਰ ਤੋਂ ਰੌਣਕਾਂ ਲੱਗੀਆਂ ਨੇ ਸਾਰੇ ਹਿੰਦੁਸਤਾਨ, ਸਾਰੇ ਵਰਲਡ ਦੇ ਵਿੱਚ। ਇਹ ਐਡਾ ਖੁਸ਼ੀ ਦਾ ਇੱਕ ਮੌਕਾ ਕੋਈ ਮੈਨੂੰ ਕਹਿਣ ਲੱਗਿਆ ਦੀਵਾਲੀ ਵਰਗਾ ਮਾਹੌਲ ਆ, ਮੈਂ ਕਿਹਾ 100 ਦੀਵਾਲੀਆਂ ਤੋਂ ਵੀ ਵੱਡਾ ਮਾਹੌਲ ਆ ਜੀ, ਇੰਨੀ ਖੁਸ਼ੀ ਦੀ ਗੱਲ ਆ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਪੂਰੇ ਦੇਸ਼ ਦੁਨੀਆਂ ਦੇ ਵਿੱਚ ਜਿਹੜੀ ਖੁਸ਼ੀ ਮਨਾਈ ਜਾ ਰਹੀ, ਕੀ ਕਹਿਣਾ ਚਾਹੋਗੇ? ਅੱਜ ਬਹੁਤ ਇਤਿਹਾਸਕ ਜਿਸ ਜਿਵੇਂ ਤੁਸੀਂ ਕਿਹਾ ਉਹ ਹੈਗਾ ਕਿ ਦੁਨੀਆਂ ਦੇ ਵਿੱਚ ਹਿੰਦੁਸਤਾਨ 'ਚ ਵੀ ਅੱਜ ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਵੀ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਕੀ ਕਹਿਣਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ? ਪੂਰੇ ਸ਼ਹਿਰ ਦੇ ਵਿੱਚ ਸਜਾਵਟ ਹੋ ਰਹੀ ਹੈ ਪੂਰੀ। ਮੈਂ ਹਮੇਸ਼ਾ ਕਹਿੰਦਾ ਕਿ ਬਰਨਾਲਾ ਇੱਕ ਬਹੁਤ ਧਾਰਮਿਕ ਸ਼ਹਿਰ ਆ। ਅੱਜ ਬਰਨਾਲੇ ਦਾ ਕੋਨਾ ਕੋਨਾ ਸਜਾਇਆ ਪਿਆ। ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 50 ਪ੍ਰੋਗਰਾਮ ਅਟੈਂਡ ਕੀਤੇ ਆ। ਜਗ੍ਹਾ ਜਗ੍ਹਾ ਲੰਗਰ, ਜਗ੍ਹਾ ਜਗ੍ਹਾ ਪੂਜਾ ਹੋ ਰਹੀਆਂ, ਜਗ੍ਹਾ ਜਗ੍ਹਾ ਹਵਨ ਹੋ ਰਹੇ ਆ, ਖੁਸ਼ੀਆਂ ਮਨਾਈਆਂ ਜਾ ਰਹੀਆਂ, ਲੱਡੂ ਵੱਡੇ ਜਾ ਰਹੇ ਆ। ਨਰਿੰਦਰ ਮੋਦੀ ਜੀ ਨੇ ਉਹ ਕੰਮ ਕੀਤਾ ਜੋ ਕੋਈ ਕਰ ਨਹੀਂ ਸਕਦਾ। ਅਤੇ ਧਰਮ ਤਾਂ ਹੁਣ ਇਹ ਅਸਲੀ ਜਿਹੜਾ ਰਾਜ ਧਰਮ ਆ ਹੁਣ ਆਉਣਾ, ਜਿਹੜਾ ਰਾਜ ਦਾ ਧਰਮ ਆ ਨਾ, ਜਿਹੜਾ ਰਾਮ ਦਾ ਧਰਮ ਆ, ਉਹ ਹੁਣ ਆਏਗਾ ਤਾਂ ਕਿ ਸਾਰੇ ਹਿੰਦੁਸਤਾਨ ਕੀ ਦੁਨੀਆਂ ਦੇ ਵਿੱਚ ਸ਼ਾਂਤੀ ਹੋਏਗੀ। ਅੱਜ ਨਰਿੰਦਰ ਮੋਦੀ ਜੀ ਨੇ ਉਹ ਕੰਮ ਕੀਤਾ ਕਿ ਜਿਹੜਾ ਧਰਮ ਦੇ ਲਈ, ਸਾਰਿਆਂ ਲਈ ਔਰ ਮਹਿਲਾਵਾਂ ਦੇ ਲਈ, ਵਿਕਾਸ ਦੇ ਲਈ, ਜੋ ਅੱਜ ਅਮੈਰੀਕਾ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਸਾਰੀ ਦੁਨੀਆਂ 'ਚ ਜਸ਼ਨ ਮਨਾਏ ਜਾ ਰਹੇ ਆ। ਸਵੇਰ ਤੋਂ ਰੌਣਕਾਂ ਲੱਗੀਆਂ ਨੇ ਸਾਰੇ ਹਿੰਦੁਸਤਾਨ, ਸਾਰੇ ਵਰਲਡ ਦੇ ਵਿੱਚ। ਇਹ ਐਡਾ ਖੁਸ਼ੀ ਦਾ ਇੱਕ ਮੌਕਾ ਕੋਈ ਮੈਨੂੰ ਕਹਿਣ ਲੱਗਿਆ ਦੀਵਾਲੀ ਵਰਗਾ ਮਾਹੌਲ ਆ, ਮੈਂ ਕਿਹਾ 100 ਦੀਵਾਲੀਆਂ ਤੋਂ ਵੀ ਵੱਡਾ ਮਾਹੌਲ ਆ ਜੀ, ਇੰਨੀ ਖੁਸ਼ੀ ਦੀ ਗੱਲ ਆ। ਜੈ ਸ਼੍ਰੀ ਰਾਮ।